ਵੈਤ ਭਾਵ ਪੁਨਾ ਪੁਨਾ ਸਾਨੂੰ ਜੰਮਣ ਮਰਨ ਦੇ ਗੇੜੇ 'ਚ ਪਾਉਂਦਾ। ਆਪਾਂ ਜਿਹੜੇ ਗੁਰ ਭਾਈ ਸਾਰੇ ਬੈਠੇ ਹਾਂ, ਸਿਧਾਂਤ ਕਿਹਨੂੰ ਕਹਿੰਦੇ ਆ? ਸਿੱਧ ਨੂੰ ਜਾਣਦਾ ਹੈ, ਜਿੱਥੇ ਜਾਣ ਦਾ ਅੰਤ ਹੋ ਜਾਵੇ ਉਸਨੂੰ ਸਿਧਾਂਤ ਕਹਿੰਦੇ। ਦਿਨ ਰਬ ਚੱਲੇ ਨੇ, ਸਭ ਚੱਲੇ, ਤਾਰਕਾ ਲੱਖ ਫਲੋਏ, ਸਾਰੀ ਦੁਨੀਆ 'ਚ ਨਾਇਬਾਨ ਹੈ। ਚੰਦਰਮਾ ਸੂਰਜ ਅਵਤਾਰ ਹਨ, ਉਹ ਵੀ ਚੱਲ ਰਹੇ। ਜਿੰਨਾ ਚਿਰ ਸਾਕਾਰ ਬਿਰਤੀ ਹੈ ਉਨ੍ਹਾਂ ਚਿਰ ਚੱਲਣਾ ਹੀ ਪਵੇਗਾ। ਨਿਰਾਕਾਰ ਵਿੱਚ ਅਚਲਤਾ, ਔਰ ਜੇ ਆਪਾਂ ਨੂੰ ਸਾਰਿਆਂ ਨੂੰ ਪੁੱਛੀਏ ਵੀ ਸੁੱਖ ਕਿਹਨੂੰ ਕਹਿੰਦੇ ਆ, ਕੋਈ ਦੱਸ ਸਕਦਾ? ਮਨ ਸਮਝਦਾ ਸੁੱਖ ਨੂੰ, ਲੇਕਿਨ ਸੁੱਖ ਦੱਸੋ ਜੇ ਕੀ ਸੁੱਖ? ਟਕਾ ਦਾ ਨਾ ਹੀ ਸੁੱਖ ਹੈ। ਉਹ ਸੁੱਖ ਨੂੰ ਆਪਣਾ ਅਨੁਭਵ ਮਨ ਕਰਦਾ ਹੈ, ਆਪਾਂ ਨਹੀਂ। ਮਨ ਹੀ ਕਹੇਗਾ ਮੈਂ ਬੜਾ ਸੁਖੀ ਹਾਂ, ਮੈਂ ਬੜਾ ਦੁਖੀ। ਔਰ ਸਾਰੀ ਜਿੰਨੀਆਂ ਦੇ ਉੱਤੇ ਜਿੰਨੇ ਧਰਮ ਨੇ ਸਾਰੀ ਸਾਡੇ ਨਾਲ ਸਾਂਝ ਹੈ ਸਭ ਨਾਲ। ਦੋ ਉਪਦੇਸ਼ ਹੁੰਦੇ ਆ, ਇੱਕ ਨਿਖੇਧ ਪੱਖ ਦੁਆਰਾ, ਇੱਕ ਵਿਧੀ ਪੱਖ ਦੁਆਰਾ। ਜਿੰਨਾ ਚਿਰ ਦੋਨਾਂ ਨੂੰ ਨਹੀਂ ਨਾ ਸਮਝਦਾ, ਉਨ੍ਹਾਂ ਚਿਰ ਸ਼ਸ਼ੋ ਪੰਜ ਵਿੱਚ ਪਿਆ ਰਹੇ। ਗੁਰੂ ਧਾਰਮਿਕ ਜਿਹੜੀ ਨੌਲੇਜ ਆ, ਇਹ ਸੁਖੈਨ ਤੋਂ ਸੁਖੈਨ ਵੀ ਹੈ, ਡੂੰਘੀ ਤੋਂ ਡੂੰਘੀ ਵੀ ਹੈ। ਸਮਝ ਗਏ? ਅੱਜ ਗੁਰੂ ਗ੍ਰੰਥ ਸਾਹਿਬ ਨੂੰ ਸਾਰੀ ਦੁਨੀਆ ਰੌਲਾ ਪਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਗੁਰੂ ਹੈ। ਕੀ ਹੋਰਾਂ ਧਰਮਾਂ ਨੇ ਵੀ ਗ੍ਰੰਥ ਨੂੰ ਗੁਰੂ ਮੰਨਿਆ? ਚਾਰ ਚੁਪੇਰੇ ਕੀ ਉਹ ਧਰਮ ਵੇਦ ਕਿਤੇ ਵੀ ਕਹੋ ਮਤ ਝੂਟਾ ਝੂਟਾ ਜੋ ਇਸ ਵੇਲੇ ਕਲਯੁੱਗ ਦਾ ਸਮਾਂ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਹੈ। ਸਤਯੁਗ ਤੈ ਮਾਣਿਓ ਛੱਡਿਓ ਬਨ ਬਾਬਲ ਪਾਇਓ, ਤੇ ਤੈ ਤੈ ਮਾਣਿਓ ਰਾਮ ਰਾਗਣ ਪਾਇਓ, ਦੁਆਪਰ ਕ੍ਰਿਸ਼ਨ ਹਰ ਕੰਸ ਕਰਤਾਰ ਸੁਤੀਓ, ਉਗਰ ਸਾਨ ਕੋ ਰਾਜੋ ਭਾਇ ਭਗਤਾ ਜਾਂਦੀ ਹੋ। ਕਲਯੁੱਗ ਪ੍ਰਮਾਣ ਨਾਨਕ ਗੁਰ ਅੰਗਦ ਰੱਖਾ ਹੈ। ਫਿਰ ਰਹਿ ਗਿਆ ਜਿਹੜੀ ਹੋਮੇ ਦੀ ਉਪਾਧੀ ਹੈ, ਇਹ ਸਾਨੂੰ ਅਖੇੜ ਕੇ ਰੱਖ ਦਿੰਦੀਆਂ ਨੇ, ਅਡਰ ਕਰ ਦਿੰਦੀ। ਅੱਜ ਉਦਾਸੀਨ ਭੇਖ ਕਿੰਨਾ ਦੂਰ ਹੋ ਰਿਹਾ ਹੈ, ਲੇਕਿਨ 200 ਸਾਲ ਤੋਂ ਉੱਤੇ ਉਦਾਸੀਨ ਭੇਖ ਨੇ ਧਾਰਮਿਕ ਸਥਾਨਾਂ ਦੀ ਸੇਵਾ ਕੀਤੀ। ਨਿਰਮਲ ਭੇਖ ਦਸਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ, ਕਾਂਸ਼ੀ ਵਿਦੇ ਵਿਦਿਆ ਪੜ੍ਹਨ ਗਏ। ਨਿਹੰਗ ਸੰਪਰਦਾ ਸੰਪਰਦਾ ਹੈ, ਇਹ ਦਸਵੇਂ ਪਾਤਸ਼ਾਹ ਨੇ ਪੜ੍ਹ। ਪਹਿਲਾਂ ਆਪਣੇ ਕੋਲ ਬਹਿੰਗਮਾ ਵਾਲੀ ਲਾਈਨ ਕਿਹੜੀ ਸੀ? ਇੱਕ ਗ੍ਰਿਸ਼ਟੀ ਸਨ, ਦੂਸਰੇ ਉਦਾਸੀ ਸਾਧਕ ਸਨ। ਅੱਜ ਉਹ ਤਿੰਨ ਪ੍ਰਣਾਲੀਆਂ ਸਾਡੀਆਂ, ਨਿਹੰਗ ਸਿੰਘ, ਨਿਰਮਲੇ, ਉਦਾਸੀ, ਉਹ ਤਿੰਨ ਸਾਡੀਆਂ ਸਾਧੂਆਂ ਦੀਆਂ ਪ੍ਰਣਾਲੀਆਂ, ਚੌਥੇ ਸਾਡੀ ਗ੍ਰਿਸ਼ਟੀ। ਜਿਹੜਾ ਵੀ ਬੱਚਾ ਘਰਾਂ 'ਚ ਗ੍ਰਿਸ਼ਤੀ ਜਨਮ ਲੈਂਦਾ, ਮਾਂ ਬਾਪ ਨੂੰ ਸਿੱਖਿਆ ਨਹੀਂ ਦਿੰਦੇ ਕਿ ਆਪਾਂ ਨੂੰ ਨਹੀਂ, ਆਪਾਂ ਗੁਰੂ ਘਰ ਵਿੱਚ ਆਏ, ਆਪਣਾ ਆਪਣਾ ਬਗਾਨਾ ਕੌਣ ਕੌਣ ਹੈ? ਨਾਨਕੇ ਦਾਦਕੇ ਸਭ ਦੱਸ ਦਿੰਦੇ, ਘਰ ਦੇ ਕਾਕਾ ਤੇਰਾ ਉੱਥੇ ਪ੍ਰਸੰਨ। ਆਪਾਂ ਨੂੰ ਨਹੀਂ ਪਤਾ ਵੀ ਆਪਾਂ ਕੌਣ ਕੌਣ ਹਾਂ। ਫਿਰ ਸਾਡੀ ਚਾਹੇ ਸੰਨਿਆਸੀ ਨੇ, ਵੈਰਾਗੀ ਨੇ, ਉਹਨਾਂ 'ਚ ਵੀ ਗੁਣ ਹਨ। ਬਿਨਾਂ ਵਾਹਿਗੁਰੂ ਤੋਂ ਔਰ ਆਪਣੇ ਗੁਰੂ ਤੋਂ ਕੋਈ ਐਸਾ ਬੰਦਾ ਨਹੀਂ ਜਿਹਦੇ 'ਚ ਗੁਣ ਔਗੁਣ ਨਹੀਂ ਹੈ। ਕੋਈ ਫੁਲਵਾੜੀ ਐਸੀ ਨਹੀਂ ਜਿਹਦੇ 'ਚ ਸੁਗੰਧੀ ਨਹੀਂ ਆਉਂਦੀ। ਫੁਲਵਾੜੀ ਕਾਹਦੀ ਹੋਈ ਜੇ ਦੁਰਗੰਧੀ ਆ ਗਈ? ਲੇਕਿਨ ਕੋਈ ਫੁਲਵਾੜੀ ਐਸੀ ਨਹੀਂ ਜਿੱਥੇ ਬੂਟਿਆਂ ਨੂੰ ਕੰਡੇ ਨਹੀਂ ਹਨ। ਲੇਕਿਨ ਭੌਰੇ ਨੇ ਕੰਡਿਆਂ ਵੱਲ ਨਹੀਂ ਤੱਕਣਾ, ਨਹੀਂ ਤਾਂ ਸੁਗੰਧੀ ਦੇਖਣੀ ਹੈ। ਉਹਨੇ ਛੋਟਾ ਵੱਡਾ ਫੁੱਲ ਨਹੀਂ ਦੇਖਣਾ, ਫੁੱਲ ਦੀਆਂ ਪੰਖੜੀਆਂ ਨਹੀਂ ਗਿਣਨੀਆਂ। ਔਰ ਇਹਨੂੰ ਕਹਿੰਦੇ ਸਾਰਗ੍ਰਹੀ ਬਿਰਤੀ। ਇਸ ਕਰਕੇ ਕਿੱਥੇ ਬਾਕੂ ਸ਼ਹਿਰ ਹੈ, ਉਹ ਕਾਲੇ ਸਮੁੰਦਰ ਦੇ ਕਿਨਾਰੇ 'ਤੇ ਬੰਕੇ ਸ਼ਾਹ ਸਾਧੂ ਹੋਇਆ ਬੰਗੀ, ਉਦੋਂ ਤਾਂ ਕੋਈ ਮੋਟਰਾਂ ਗੜੇ ਕਿਵੇਂ ਗਿਆ ਹੋਊ ਉੱਥੇ?
ਆਤਿਸ਼ ਦਾ ਸਥਾਨ ਹੈ, ਜਾ ਕੇ ਉੱਥੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਬਣਾਇਆ। ਜਿਸ ਵੇਲੇ ਮਹਾਰਾਜ ਅਰਬ ਚੋਂ ਇਧਰੋਂ ਆਏ ਨੇ ਦਸਤਗੀਰ ਨੂੰ ਦੇ ਕੇ ਇਰਾਕ ਵਿੱਚੋਂ ਉੱਧਰ ਦੀ ਚਰਨ ਪਾਏ ਨੇ, ਐਡੀ ਐਡੀ ਦੂਰ ਜਾ ਕੇ ਫਿਰ ਕਿਰਪਾ ਰਾਮ ਸਾਧ ਹੋਇਆ ਉਹਦਾ ਸੀ, ਉਹਨੇ ਦੂਸਰਾ ਗੁਰਦੁਆਰਾ ਜਿੱਥੇ ਕੋਈ ਵੀ ਪਰਦਨ ਧਾਕਾਂ ਪਾ ਤੀਆਂ ਸੰਤ ਪ੍ਰੀਤਮ ਦਾਸ ਜੈਸੇ ਮਹਾਂਪੁਰਖਾਂ ਨੇ ਬੜੇ ਬੜੇ ਤੀਰਥਾਂ ਦੇ ਉੱਤੇ ਇਹਦਾ ਪ੍ਰਚਾਰ ਕੀਤਾ, ਗੁਰੂ ਨਾਨਕ ਦੇਵ ਜੀ ਦਾ ਘਰਦਾਰਾ ਕੀਤਾ। ਹਾਂ, ਇਹ ਕਣਕ ਬੀਜੀ ਉਹਦੇ 'ਚ ਕਾਗਿਆਰੀਆਂ ਵੀ ਉਹਦੇ ਵਿੱਚ ਹੁੰਦੀਆਂ, ਬਾਹਰ ਤਾਂ ਨਹੀਂ ਹੁੰਦੀਆਂ। ਜੇ ਕੋਈ ਸਾਡੇ ਵਿੱਚ ਨਿਰਾਇਤ ਹੈ, ਕੋਈ ਐਸੀ ਵਸਤੂ ਹੈ ਜਿਹਦਾ ਪੁੱਟ ਸਿੱਧ ਨਹੀਂ ਹੈ, ਸਮਝਦੇ? ਹੱਥ ਹੈ ਜੇ ਸਿੱਧਾ ਤਾਂ ਪੁੱਠਾ ਵੀ ਹੈਗਾ। ਗੁਣ ਔਗੁਣ ਸਭ ਵਿਖੇ, ਗੁਣ ਗ੍ਰਾਹੀ ਬਣੋ। ਜੇ ਆਪਾਂ ਗੁਣ ਗੁਣ ਕਰ ਲਈਏ ਤਾਂ ਆਪਾਂ ਸਾਰੇ ਇਕੱਠੇ ਹਾਂ, ਜੇ ਔਗੁਣ ਦੇਖ ਰਹੇ ਸਾਰੇ ਖੜ ਜਾਣਗੇ। ਤਾਂ ਬੜੀ ਕਿਰਪਾ ਕੀਤੀ, ਮੈਂ ਉਹਨੂੰ ਗਰੀਬ ਨੂੰ ਚੇਤੇ ਕੀਤਾ। ਬਹੁਤ ਬਹੁਤ ਧੰਨਵਾਦ ਜੀ।